हेलो एवरीवन वेलकम टू ऑल एज यू ऑल नो कि असी पीएसटीडी तैयारी कर रहे सिगे ते आज असी अपना हिस्ट्री दा जो नेक्स्ट टॉपिक है या नेक्स्ट लेक्चर अपना 19वां लेक्चर उदी शुरुआत करन जा रहे हैं जेड़ा कि अपना नेक्स्ट टॉपिक है अपना है बुक दा अपने टॉपिक दा है आठवां अपने कोर्स दा आठवां टॉपिक आठमे टॉपिक दा आपा 19वां लेक्चर जो हो कवर करन जा रहे हैं कॉन्टेक्ट्स विद डिस्टेंट लैंड्स ਉਸੀ ਦੇਖਿਆ ਸੀ ਕਿ ਇਸ ਤੋਂ ਪਹਿਲਾਂ ਜੋ ਆਪਣੇ ਕੋਲੇ ਵੀਡੀਓ ਆਈ ਸੀ ਉਹਦੇ ਵਿੱਚ ਆਪਾਂ ਨੇ ਮੋਰਿਅਨ ਪੀਰੀਅਡ ਬਾਰੇ ਪੜ੍ਹਿਆ ਸੀਗਾ ਤੇ ਮੋਰਿਅਨ ਦਾ ਜਿਹੜਾ ਲਾਸਟ ਰੂਲਰ ਸੀਗਾ ਬ੍ਰਿਹਦਰਥ ਜਾਂ ਫਿਰ ਇਹ ਕਹ ਲੋ ਕਿ ਮੋਰਿਅਨ ਜਿਹੜਾ ਰੂਲ ਸੀਗਾ ਉਹ ਐਂਡ ਹੋ ਗਿਆ ਸੀਗਾ ਮੋਰਿਆ ਦਾ ਜਿਹੜਾ ਰਾਜ ਸੀਗਾ ਉਹ 185 ਇਸਵੀ ਪੂਰਵ ਦੇ ਵਿੱਚ ਉਸ ਦਾ ਖਾਤਮਾ ਹੋ ਗਿਆ ਸੀ ਉਸ ਦਾ ਐਂਡ ਹੋ ਗਿਆ ਸੀ ਠੀਕ ਹੈ ਇਸ ਤੋਂ ਬਾਅਦ ਮੌਰੀਅਨ ਰੂਲਰ ਤੋਂ ਬਾਅਦ ਸੁੰਗਾ ਡੈਂਸਟੀ ਆਗੇ ਸੀਗੀ ਸੁੰਗਾ ਦਾ ਵੰਸ਼ ਆ ਗਿਆ ਸੀਗਾ ਸੁੰਗਾ ਤੋਂ ਬਾਅਦ ਕਾਨਵਾਜ ਆਗੇ ਸੀਗੇ ਕਾਨਵਾ ਵੰਸ਼ ਨੇ ਆ ਕੇ ਆਪਣਾ ਰਾਜ ਕੀਤਾ ਸੀਗਾ ਤੇ ਕਹਿਣ ਦਾ ਮਤਲਬ ਇਹ ਹੈ ਕਿ ਹੌਲੀ-ਹੌਲੀ ਹੌਲੀ-ਹੌਲੀ ਇਹਨਾਂ ਦੇ ਉੱਪਰ ਇੱਕ ਨਾ ਇੱਕ ਕਬਜ਼ਾ ਹੁੰਦਾ ਰਿਹਾ ਸੀਗਾ ਪਰ ਮਸਲਾ ਇਹ ਹੈ ਕਿ ਕੋਈ ਵੀ ਜਿਹੜੀ ਡੈਂਸਟੀ ਆ ਉਹ ਲੌਂਗ ਲਾਈਫ ਨਹੀਂ ਚੱਲੀ ਸੀ ਕਿ ਕਿਸੇ ਦੀ ਵੀ ਉਮਰ ਆ ਜਿਹੜੀ ਉਹ ਇੰਨੀ ਲੰਬੀ ਨਹੀਂ ਸੀਗੀ ਠੀਕ ਹੈ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਦਿਨਾਂ ਦੇ ਵਿੱਚ ਨਾ ਕਿਉਂਕਿ ਆਲਮੋਸਟ ਸਾਰੇ ਦਾ ਸਾਰਾ ਇੰਡੀਆ ਨਾਰਥ ਸਾਊਥ ਵੈਸਟ ਈਸਟ ਆ ਸਾਰੇ ਦੇ ਸਾਰੇ ਇੰਡੀਆ ਦੇ ਉੱਪਰ ਕਬਜ਼ਾ ਕਿਨਾਂ ਦਾ ਸੀਗਾ ਮੋਰੀਆ ਰੂਲਰਸ ਦਾ ਸੀਗਾ ਬਟ ਜਿਵੇਂ ਹੀ ਮੋਰੀਆ ਰੂਲਰਸ 185 ਇਸਵੀ ਪੂਰਬ ਦੇ ਵਿੱਚ ਇਹਨਾਂ ਦਾ ਖਾਤਮਾ ਹੁੰਦਾ ਹੈ ਇਹ ਖਤਮ ਹੁੰਦੀ ਹੈ ਡੈਂਸਿਟੀ ਖਤਮ ਹੁੰਦੀ ਹੈ ਤਾਂ ਇਥੇ ਨਾ ਬਹੁਤ ਸਾਰੇ ਹਮਲਾਵਰ ਜਿਹੜੇ ਸੀਗੇ ਉਹਨਾਂ ਨੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਸੀ ਜਿਹਦੇ ਵਿੱਚ ਅਗਰ ਆਪਾਂ ਗੱਲ ਕਰੀਏ ਬੈਕਟੀਰੀਅਨਸ ਸੀਗੇ ਬੈਕਟੀਰੀਅਨਸ ਦੇ ਹਮਲੇ ਆਪਾਂ ਨੂੰ ਦੇਖਣ ਨੂੰ ਮਿਲਦੇ ਨੇ ਜਾਂ ਫਿਰ ਸਾਕਾਸ ਦੇ ਹਮਲੇ ਆਪਾਂ ਨੂੰ ਦੇਖਣ ਨੂੰ ਮਿਲਦੇ ਨੇ ਜਾਂ ਫਿਰ ਕੁਸ਼ਾਨ ਦੇ ਹਮਲੇ ਆਪਾਂ ਨੂੰ ਦੇਖਣ ਨੂੰ ਮਿਲਦੇ ਨੇ ਕੁਸ਼ਾਨਸ ਠੀਕ ਹੈ ਉਹ ਜਾਂ ਤਾਂ ਨਾਰਥ ਏਰੀਆ ਛੋਏ ਸੀਗੇ ਜਾਂ ਫਿਰ ਨਾਰਥ-ਵੈਸਟ ਏਰੀਆ ਦੇ ਕਹਿੰਦਾ ਮਤਲਬ ਇਸ ਏਰੀਆ ਦੇ ਵਿੱਚ ਕਾਫੀ ਜ਼ਿਆਦਾ ਜਿਹੜੇ ਹਮਲੇ ਸੀਗੇ ਉਹ ਦੇਖਣ ਨੂੰ ਮਿਲਦੇ ਨੇ ਇਸੇ ਤਰੀਕੇ ਨਾਲ ਅਗਰ ਆਪਾਂ ਸਾਊਥ ਦੀ ਗੱਲ ਕਰੀਏ ਸਾਊਥ ਹਲੇ ਏਰੀਆ ਦੇ ਵਿੱਚ ਵੀ ਕਾਫੀ ਨਵੇਂ-ਨਵੇਂ ਡਾਇਨਸਟੀ ਐ ਨਵੇਂ-ਨਵੇਂ ਰਾਜੇ ਸਾਡੇ ਸਾਹਮਣੇ ਆਏ ਸੀ ਜਿਵੇਂ ਚੇਰਾਜ਼ ਹੋ ਗਏ ਚੋਲਸ ਹੋ ਗਏ ਜਾਂ ਫਿਰ ਪਾਂਡਿਆਜ਼ ਹੋ ਗਏ ਚੋਲਸ ਪਾਂਡਿਆਜ਼ ਜਾਂ ਫਿਰ ਆਪਣੇ ਕੋਲੇ ਸਤਵਾਹਨ ਹੋ ਗਏ ਠੀਕ ਹੈ ਕਾਫੀ ਸਾਰੇ ਜਿਹੜੇ ਰਾਜੇ ਸੀਗੇ ਉਹ ਆਪਾਂ ਨੂੰ ਜਾਂ ਰਾਜਵੰਸ਼ ਜਿਹੜੇ ਸੀਗੇ ਉਹ ਆਪਾਂ ਨੂੰ ਦੇਖਣ ਨੂੰ ਮਿਲਦੇ ਨੇ ਠੀਕ ਹੈ ਸੋ ਕਹਿਣ ਦਾ ਮਤਲਬ ਇਹ ਹੈ ਕਿ ਆਪਾਂ ਇਹ ਗੱਲ ਕਹਿ ਸਕਦੇ ਹਾਂ ਕਿ ਆਫਟਰ ਮੋਰਿਅਨ ਪੀਰੀਅਡ ਮੌਰੀਆ ਰਾਜ ਤੋਂ ਬਾਅਦ ਜਾਂ ਫਿਰ ਮਤਲਬ ਕਿ ਮੌਰੀਆ ਪੀਰੀਅਡ ਦੇ ਸਮੇਂ ਅਸ਼ੋਕਾ ਦੇ ਰਾਜ ਤੋਂ ਬਾਅਦ ਹੀ ਅਸ਼ੋਕਾ ਤੋਂ ਬਾਅਦ ਹੀ ਜਿਹੜਾ ਪੂਰਾ ਦਾ ਪੂਰਾ ਆਪਣਾ ਸਿਸਟਮ ਆ ਪੂਰਾ ਦਾ ਪੂਰਾ ਇੰਡੀਆ ਇਹ ਉਹ ਦੋ ਭਾਗਾਂ ਦੇ ਵਿੱਚ ਡਿਵਾਈਡ ਹੋ ਗਿਆ ਸੀਗਾ ਇੱਕ ਨਾਰਥ ਇੰਡੀਆ ਤੇ ਇੱਕ ਸਾਊਥ ਇੰਡੀਆ ਕੁਝ ਇੱਕ ਰਾਜ ਸੀਗੇ ਜਿਹੜੇ ਨਾਰਥ ਦੇ ਉੱਪਰ ਜਿਨ੍ਹਾਂ ਨੇ ਕਬਜ਼ਾ ਕਰਨਾ ਸ਼ੁਰੂ ਕਰਤਾ ਸੀਗਾ ਤੇ ਕੁਝ ਰਾਜ ਸੀਗੇ ਜਿਨ੍ਹਾਂ ਨੇ ਸਾਊਥ ਦੇ ਉੱਪਰ ਕਬਜ਼ਾ ਕਰਨਾ ਸ਼ੁਰੂ ਕਰਤਾ ਸੀਗਾ ਕਹਿਣ ਦਾ ਮਤਲਬ ਜਿਹੜਾ ਮੋਰਿਅਨ ਰੋਲਰ ਸੀਗਾ ਜਾਂ ਮੋਰਿਅਨ ਰਾਜ ਸੀਗਾ ਉਹਦੇ ਵਿੱਚ ਆਲਮੋਸਟ ਆਲਮੋਸਟ ਸਾਰਾ ਦਾ ਸਾਰਾ ਇੰਡੀਆ ਉਸ ਤੋਂ ਬਾਅਦ ਦੋ ਹਿੱਸਿਆਂ ਦੇ ਵਿੱਚ ਟੁੱਟਣਾ ਸ਼ੁਰੂ ਹੋ ਗਿਆ ਸੀਗਾ ਸੋ ਅਗਰ ਆਪਾਂ ਹੁਣ ਗੱਲ ਕਰੀਏ ਨਾਰਥ ਦੇ ਕਿੰਗਡਮਸ ਦੀ ਕਿੰਗਡਮ ਆਫ ਨਾਰਥ ਨਾਰਥ ਦੇ ਰਾਜਿਆਂ ਦੀ ਗੱਲ ਕਰੀਏ ਤਾਂ ਸਾਡੇ ਕੋਲੇ ਬੈਕਟਰੀਅਨਸ ਆਂਦੇ ਨੇ ਇਹਨਾਂ ਨੂੰ ਤੁਸੀਂ ਨੋਟ ਕਰਦੇ ਰਹੋ ਬੈਕਟਰੀਅਨਸ ਦੂਸਰੇ ਨੰਬਰ ਤੇ ਸਾਡੇ ਕੋਲੇ ਆ ਰਹੇ ਨੇ ਸਾਕਸ ਤੀਸਰੇ ਨੰਬਰ ਤੇ ਸਾਡੇ ਕੋਲੇ ਆ ਰਹੇ ਨੇ ਪਾਰਥIANS ਤੇ ਚੌਥੇ ਨੰਬਰ ਤੇ ਸਾਡੇ ਕੋਲੇ ਆ ਰਹੇ ਨੇ ਕੁਸ਼ਾਨਸ ਕੁਸ਼ਾਨਸ ਠੀਕ ਹੈ ਮਤਲਬ ਕਿ ਜਿਹੜਾ ਨਾਰਥ ਵਾਲਾ ਹਿੱਸਾ ਸੀਗਾ ਪੂਰੇ ਦੇ ਪੂਰੇ ਰਾਜ ਦਾ ਜਿਹੜਾ ਉੱਪਰਲਾ ਹਿੱਸਾ ਸੀਗਾ ਨਾਰਥ ਵਾਲਾ ਹਿੱਸਾ ਉਹਦੇ ਵਿੱਚ ਚਾਰ ਜਿਹੜੇ डायनसीज लगा लो वंश लगा लो ये काफी ज्यादा फेमस सी है काफी ज्यादा इंपॉर्टेंट सी है ठीक है अ ਇਹਨਾਂ ਵਾਰੀ ਆਪਾਂ ਨੇ ਰੀਡਿੰਗ ਲੈਣੀ ਹੈ ਇਹਨਾਂ ਵਾਰੀ ਆਪਾਂ ਨੇ ਪੜ੍ਹਨਾ ਹੈ ਇਸੇ ਤਰੀਕੇ ਨਾਲ ਕੁਝ ਆਪਣੇ ਕੋਲੇ ਸਾਊਥ ਦੇ ਰਾਜੇ ਆਉਂਦੇ ਨੇ ਸਾਊਥ ਦੇ ਰੂਲਰਸ ਆਉਂਦੇ ਨੇ ਜਿਨ੍ਹਾਂ ਬਾਰੇ ਆਪਾਂ ਨੇ ਡਿਟੇਲ ਦੇ ਵਿੱਚ ਪੜ੍ਹਨਾ ਹੋਊਗਾ ਉਹਦੇ ਵਿੱਚ ਆ ਜਾਂਦੇ ਨੇ ਚੋਲਾਸ ਚੇਰਾਜ ਪਾਂਡਿਆਸ ਅਤੇ ਸਤਵਾਹਨ ਸਤਵਹਨ ਸੋ ਚੋਲਾਸ ਚੇਰਾਸ ਪੰਡਿਆ ਸਤਵਹਨ ਸਾਊਥ ਦੇ ਨੇ ਬੈਕਟੀਰੀਅਨ ਸਾਕਸ 파ਰਥিয়ান ਕੁਸ਼ਾਨਸ ਇਹ ਨੌਰਥ ਦੇ ਨੇ ਇਹਨਾਂ ਬਾਰੇ ਹੁਣ ਆਪਾਂ 1 ਬਾਈ 1ਾ ਜੋ ਉਹ ਡਿਸਕਸ ਕਰਨੀ ਸ਼ੁਰੂ ਕਰਦੇ ਹਾਂ ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਬੈਕਟੀਰੀਅਨਸ ਦੀ ਬੀ ਐ ਸੀ ਟ ਆਰ ਆਈ ਐਨ ਐਸ ਬੈਕਟੀਰੀਅਨਸ ਦੀ ਸਭ ਤੋਂ ਪਹਿਲਾਂ ਤਾਂ ਗਾਇਜ਼ ਇਹਨਾਂ ਨੂੰ ਅਸੀਂ ਇੰਡੋ ਗ੍ਰੀਕ ਵੀ ਕਹਿੰਦੇ ਸੀਗੇ ਠੀਕ ਹੈ ਇਹ ਤੁਸੀਂ ਨੋਟ ਰੱਖਣਾ ਹੈ ਇੰਡੋ ਗ੍ਰੀਕਸ ਮਤਲਬ ਕਿ ਉਹ ਸੀਗੇ ਜਿਨ੍ਹਾਂ ਨੇ ਜਿਨ੍ਹਾਂ ਨੇ ਇਹਨਾਂ ਚਾਰਾਂ ਦੇ ਵਿੱਚੋਂ ਬੈਕਟੀਰੀਅਨ ਸਾਕਾਸ ਜਾਂ ਫਿਰ ਪਾਰਥਨੋਲ ਕੋਰਸ਼ਾਨ ਇਹਨਾਂ ਚਾਰਾਂ ਦੇ ਵਿੱਚੋਂ ਨਾਰਥ-ਵੈਸਟ ਪਾਰਟ ਦੇ ਉੱਪਰ ਸਭ ਤੋਂ ਪਹਿਲਾਂ ਕਬਜ਼ਾ ਕੀਤਾ ਸੀਗਾ ਠੀਕ ਹੈ ਇਹ ਉਹ ਸੀਗੇ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਕਬਜ਼ਾ ਕੀਤਾ ਸੀਗਾ ਅੱਛਾ ਆਏ ਹੋਏ ਕਿੱਥੋਂ ਦੇ ਸੀਗੇ ਇਹ ਗਾਇਜ਼ ਇੱਕ ਜਗ੍ਹਾ ਹੈ ਬੈਕਟਰਾ ਬੈਕਟਰਾ ਜਾਂ ਫਿਰ ਬੈਕਟਰੀਆ ਉਸ ਜਗ੍ਹਾਤ ਨੂੰ ਇਹ ਰੂਲ ਕਰਦੇ ਸੀਗੇ ਤੇ অলমোਸਟ অলমোਸਟ ਇਸ ਸੈਕਿੰਡ ਇਸ ਵੀ ਪੂਰਬ ਦੇ ਵਿੱਚ ਦੋ ਇਸ ਵੀ ਪੂਰਬ ਦੇ ਵਿੱਚ ਇਹ ਆਜ਼ਾਦ ਹੋ ਗਏ ਸੀਗੇ ਇੰਡੀਪੈਂਡੈਂਟ ਹੋ ਗਏ ਸੀਗੇ ਠੀਕ ਹੈ ਆਜ਼ਾਦ ਹੋ ਗਏ ਸੀ ਕਿਸ ਤੋਂ ਆਜ਼ਾਦ ਹੋ ਗਏ ਸੀਗੇ ਇਹ ਉੱਥੇ ਇੱਕ ਰਾਜੇ ਦਾ ਰਾਜ ਸੀਗਾ ਜਿਸ ਦਾ ਨਾਮ ਸੀਗਾ ਸੈਲਯੂਸਿਡ ਇਹ ਤੁਸੀਂ ਨਾਮ ਯਾਦ ਰੱਖਣਾ ਹੈ ਸੈਲਯੂਸਿਡ ਸੈਲਯੂਸਿਡ ਸੈਲੂਸਿਡ ਨਾਮ ਦੇ ਰਾਜੇ ਦਾ ਉੱਥੇ ਰਾਜ ਸੀਗਾ ਅੱਛਾ ਸੈਲੂਸਿਡ ਕਿੱਥੇ ਦਾ ਰਾਜਾ ਸੀਗਾ ਕਿੱਥੇ ਦਾ ਰੂਲਰ ਸੀਗਾ ਜਾਂ ਕਿਹੜੀ ਜਗ੍ਹਾ ਇਹ ਇਹ ਜਗ੍ਹਾ ਹੈਗੀ ਹੈ ਸੀਰੀਆ ਦੇ ਵਿੱਚ ਸੈਲੂਸਿਡ ਇੱਕ ਡਾਇਨਸਟੀ ਆ ਇੱਕ ਵੰਸ਼ਾ ਸੀਰੀਆ ਦੇ ਵਿੱਚ ਠੀਕ ਹੈ ਇਹਨਾਂ ਦਾ ਕਬਜ਼ਾ ਸੀਗਾ ਬੈਕਟਰਾ ਜਾਂ ਬੈਕਟੀਰੀਆ ਦੇ ਉੱਪਰ ਤੇ ਇਹ ਇੰਡੋ ਗ੍ਰੀਕ ਜਿਹੜੇ ਸੀਗੇ ਸੈਕੰਡ ਇਸ ਵੀ ਪੁਰਪ ਦੇ ਵਿੱਚ ਇਹ ਆਜ਼ਾਦ ਹੋ ਗਏ ਸੀ ਤੇ ਆਜ਼ਾਦ ਹੋਣ ਤੋਂ ਬਾਅਦ ਇਹਨਾਂ ਨੇ ਨਾਰਥ-ਵੈਸਟ ਇੰਡੀਆ ਨੂੰ ਆਪਣੇ ਕੰਟਰੋਲ ਦੇ ਵਿੱਚ ਲਿਆ ਬੈਕਟੀਰੀਅਨਸ ਨੇ ਆਪਣੇ ਕੰਟਰੋਲ ਦੇ ਵਿੱਚ ਕੰਟਰੋਲ ਵਿੱਚ ਲਿਆ ਠੀਕ ਹੈ ਇਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਕਿ ਬੈਕਟੀਰੀਅਨਸ ਦਾ ਜਿਹੜਾ ਸਭ ਤੋਂ ਫੇਮਸ ਰਾਜਾ ਸੀਗਾ ਬੈਕਟੀਰੀਅਨਸ ਦਾ ਸਭ ਤੋਂ ਜਿਹੜਾ ਫੇਮਸ ਰਾਜਾ ਸੀਗਾ ਉਹ ਸੀਗਾ ਮਨਿੰਦਰ ਉਹਨੂੰ ਮਨਿੰਦਰ ਕਿਹਾ ਜਾਂਦਾ ਸੀਗਾ ਐਮ ਈ ਐਨ ਏ ਐਨ ਡੀ ਈ ਆਰ ਮਨਿੰਦਰ ਠੀਕ ਹੈ ਮਿਲੰਡਰ ਸੀਗਾ ਔਰ ਇਹਨੂੰ ਮਿਲੰਦਾ ਵੀ ਕਹਿੰਦੇ ਸੀਗੇ ਐਮ ਆਈ ਐਲ ਆਈ ਐਨ ਡੀ ਇਹਨੂੰ ਮਿਲੰਦਾ ਵੀ ਕਹਿੰਦੇ ਸੀਗੇ ਇਹਨੇ 166 ਇਸਵੀ ਪੂਰਵ ਤੋਂ ਲੈ ਕੇ 150 ਇਸਵੀ ਪੂਰਵ ਤੱਕ ਰਾਜ ਕੀਤਾ ਠੀਕ ਹੈ ਜੀ ਇਸ ਤੋਂ ਬਾਅਦ ਇਸਨੇ ਬੁੱਧ ਧਰਮ ਅਪਣਾ ਲਿਆ ਸੀਗਾ ਬੁੱਧ ਧਰਮ ਨੂੰ ਧਰਮ ਨੂੰ ਅਪਣਾ ਲਿਆ ਸੀ बुद्ध धर्म है फॉलो कर लग गया ठीक है इस तु तो बाद इन्हें एक बुक लिखी द बुक मिलिंदा पन्ना बुक का नाम से मिलंदा पन्ना मिलंदा पन्ना जो बुक लिखी गई ये बुक सी गाई कोश्चन ऑफ किंग मिलंदा कोश्चन ऑफ किंग ਮਿਲੰਦਾ ਮਿਲੰਦਾ ਦੇ ਜਿਹੜੇ ਸਵਾਲ ਸੀਗੇ ਉਹਨਾਂ ਸਵਾਲਾਂ ਦੀ ਇਹ ਬੁੱਕ ਸੀਗੀ ਇਸ ਤੋਂ ਬਾਅਦ ਆਪਣੇ ਕੋਲੇ ਆ ਰਿਹਾ ਜਾਂ ਫਿਰ ਇਹ ਵੀ ਕਹਿ ਸਕਦੇ ਕਿ ਬੁੱਕ ਇੱਕ ਰਿਕਾਰਡ ਸੀਗੀ ਜੇ ਉਹ ਵਾਲੇ ਕੁਐਸਚਨਸ ਦਾ ਇਹ ਬੁੱਕ ਰਿਕਾਰਡ ਸੀਗੀ ਉਹ ਵਾਲੇ ਕੁਐਸਚਨਸ ਦਾ ਜਿਹੜੇ ਮਿਲੰਦਾ ਨੇ ਨਾਗਸੇਨ ਨੂੰ ਪੁੱਛੇ ਸੀਗੇ ਮਿਲੰਦਾ ਆਸਕਸ ਟੂ ਨਾਗਸੇਨ ਨਾਗਸੈਨ ਨੂੰ ਜਿਹੜੇ ਕੁਐਸਚਨ ਪੁੱਛੇ ਮਿਲੰਦਾ ਨੇ ਉਹ ਵਾਲੇ ਕੁਐਸਚਨਸ ਦੀ ਹੈ ਇੱਕ ਬੁੱਕ ਸੀ ਤੇ ਹੁਣ ਸਵਾਲ ਇਹ ਆ ਰਿਹਾ ਹੈ ਕਿ ਨਾਗਸੈਨ ਕੌਣ ਸੀਗਾ ਠੀਕ ਹੈ ਹੁਣ ਸਵਾਲ ਕੀ ਆ ਰਿਹਾ ਕਿ ਨਾਗਸੈਨ ਕੌਣ ਸੀਗਾ ਸੋ ਨਾਗਸੈਨ ਇੱਕ ਬੁੱਧਿਸਟ ਫਿਲਾਸਫਰ ਸੀਗਾ ਇੱਕ ਬੁੱਧਿਸਟ ਫਿਲਾਸਫਰ ਸੀਗਾ ਇਹ ਜਿਸ ਤੋਂ ਕਿ ਮਿਲੰਦਾ ਕਾਫੀ ਜ਼ਿਆਦਾ ਇਨਸਪਾਇਰ ਹੋਇਆ ਸੀਗਾ ਜਾਂ ਫਿਰ ਇਹ ਸਮਝ ਲਓ ਕਿ ਇਨਫਲੂਐਂਸਡ ਹੋਇਆ ਸੀਗਾ ਮਤਲਬ ਕਿ ਇਹਨੂੰ ਮਨ ਲੱਗਿਆ ਸੀਗਾ ਇਹਨੂੰ ਫੋਲੋ ਕਰਨ ਲੱਗ ਗਿਆ ਸੀਗਾ ਠੀਕ ਹੈ ਇਸ ਤੋਂ ਇਲਾਵਾ ਅਗਰ ਆਪਾਂ ਇਹਨਾਂ ਦੀ ਇਨਸਕ੍ਰਿਪਸ਼ਨਸ ਦੀ ਗੱਲ ਕਰੀਏ ਜਾਂ ਫਿਰ ਇਹਨਾਂ ਦੇ ਆਪਾਂ ਕਲਚਰ ਦੀ ਗੱਲ ਕਰੀਏ ਤਾਂ ਆਪਾਂ ਨੂੰ ਨਾ ਇੰਡੋ ਗ੍ਰੀਕ ਕੋਇਨਸ ਵੀ ਮਿਲੇ ਨੇ ਇੰਡੋ ਗ੍ਰੀਕ ਕੋਇਨਸ ਵੀ ਮਿਲੇ ਨੇ ਇਹ ਬਲੇ ਕੋਇਨਸ ਦੇ ਉੱਪਰ ਗ੍ਰੀਕ ਭਾਸ਼ਾ ਗ੍ਰੀਕ ਭਾਸ਼ਾ ਔਰ ਖਰੋਸ਼ਤੀ ਭਾਸ਼ਾ ਇਹਨਾਂ ਦੋਨਾਂ ਭਾਸ਼ਾਵਾਂ ਦੇ ਵਿੱਚ ਜਿਹੜੇ ਲਫ਼ਜ਼ ਨੇ ਉਹ ਉੱਕਰੇ ਹੋਏ ਮਿਲਣੇ ਗ੍ਰੀਕ ਤੇ ਖਰੋਸ਼ਤੀ ਖਰੋਸ਼ਤੀ ਭਾਸ਼ਾ ਤੇ ਗ੍ਰੀਕ ਭਾਸ਼ਾ ਦੇ ਵਿੱਚ ਜਿਹੜੇ ਲਫ਼ਜ਼ ਨੇ ਉਹ ਉੱਕਰੇ ਹੋਏ ਮਿਲਣੇ ਇਸ ਤੋਂ ਇਹ ਪਤਾ ਲੱਗਦਾ ਕਿ ਇੱਥੇ ਇਹਨਾਂ ਦਾ ਕਬਜ਼ਾ ਸੀਗਾ ਇੱਥੇ ਇਹਨਾਂ ਦੇ ਲਿੰਕ ਬਣੇ ਹੋਏ ਸੀਗੇ ਇਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਖਰੋਸ਼ਤੀ ਖਰੋਸ਼ਤੀ ਬਚ ਇੱਕ ਪੁਰਾਣੀ ਐਂਸ਼ੀਐਂਟ ਸਕ੍ਰਿਪਟ ਆ ਹੈ ਜਿਹੜੀ ਕਿ ਗੰਧਾਰ ਕਲਚਰ ਨਾਲ ਰਿਲੇਟ ਕਰਦੀ ਆ ਤੁਹਾਨੂੰ ਧਿਆਨ ਰੱਖਣਾ ਹੈ ਬਹੁਤ ਸਾਰੇ ਕਲਚਰ ਹੋਏ ਨੇ ਬਹੁਤ ਸਾਰੇ ਸਕੂਲਸ ਹੋਏ ਨੇ ਉਹਦੇ ਵਿੱਚੋਂ ਗੰਧਾਰ ਕਲਚਰ ਦੇ ਨਾਲ ਗੰਧਾਰ ਸਭਿਆਚਾਰ ਦੇ ਨਾਲ ਖਰੋਸ਼ਟੀ ਲਿਪੀ ਹੈ ਜਿਹੜੀ ਉਹ ਰਿਲੇਟ ਕਰਦੀ ਹੈ ਠੀਕ ਹੈ ਇਸ ਤੋਂ ਕੀ ਅਗਰ ਆਪਾਂ ਗੱਲ ਕਰੀਏ ਤਾਂ ਇੰਡੀਅਨਸ ਇੰਡੀਅਨਸ ਪਲੱਸ ਗ੍ਰੀਕਸ ਇਹਨਾਂ ਦੋਨਾਂ ਨੂੰ ਮਿਲਾ ਕੇ ਇਕ ਨਵਾਂ ਕਲਚਰ ਇੱਕ ਨਵਾਂ ਸਕੂਲ ਸਾਹਮਣੇ ਆਇਆ ਜਿਸ ਨੂੰ ਕਿ ਗੰਧਾਰ ਸਕੂਲ ਆਫ ਆਰਟ ਕਿਹਾ ਜਾਂਦਾ ਸੀਗਾ ਗੰਧਾਰ ਸਕੂਲ ਆਫ ਆਰਟ ਕਿਹਾ ਜਾਂਦਾ ਸੀਗਾ ਠੀਕ ਹੈ ਹੁਣ ਗੰਧਾਰ ਸਕੂਲ ਆਫ ਆਰਟ ਤਾਂ ਹੋ ਗਿਆ ਇਸ ਤੋਂ ਬਾਅਦ ਕੀ ਸੀਗਾ ਕਿ ਨਾਰਥ-ਵੈਸਟ ਪਾਰਟ ਦੇ ਉੱਪਰ ਹੌਲੀ-ਹੌਲੀ ਬਾਕੀ ਲੋਕਾਂ ਨੇ ਹਮਲੇ ਕਰਨੇ ਬਾਕੀ ਰਾਜੇ ਮਹਾਰਾਜਾ ਨੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਜਿਸ ਦੇ ਨਾਲ ਜਿਹੜੀ ਗ੍ਰੀਕ ਪਾਵਰ ਸੀਗੀ ਜਿਹੜੇ ਇੰਡੋ ਗ੍ਰੀਕ ਲੋਕ ਸੀਗੇ ਇਹ ਹੌਲੀ-ਹੌਲੀ ਹੌਲੀ-ਹੌਲੀ ਡਿਕਲਾਈਨ ਹੋਣੇ ਸ਼ੁਰੂ ਹੋ ਗਏ ਹੌਲੀ-ਹੌਲੀ ਇਹਨਾਂ ਦਾ ਪਤਨ ਹੋਣਾ ਸ਼ੁਰੂ ਹੋ ਗਿਆ ਠੀਕ ਹੈ ਸੋ ਹੁਣ ਆਪਾਂ ਨੇ ਜੋ ਨੈਕਸਟ ਕਵਰ ਕਰਨਾ ਉਹ ਕਰਨਾ ਹੈ ਸਾਕਾਜ਼ ਬਾਰੇ ਸਾਕਸ ਹਾਂਜੀ ਜਦੋਂ ਆਪਾਂ ਸਾਕਾਜ਼ ਦੀ ਗੱਲ ਕਰਦੇ ਹਾਂ ਤਾਂ ਸਾਕਾਜ਼ ਦੇ ਵਿੱਚ ਇਹ ਉਹ ਸੀਗੇ ਇਹਨਾਂ ਨੂੰ ਜਾਂ ਤਾਂ ਸਾਕਾ ਜਾਂ ਫਿਰ ਸਕਾਈਥIANS ਵੀ ਕਿਹਾ ਜਾਂਦਾ ਸੀਗਾ ਇਹ ਸੈਂਟਰਲ ਏਸ਼ੀਆ ਦਾ ਇੱਕ ਕਬੀਲਾ ਸੀਗਾ ਠੀਕ ਹੈ ਸੈਂਟਰਲ ਏਸ਼ੀਆ ਮੱਧ ਏਸ਼ੀਆ ਦਾ ਇੱਕ ਕਬੀਲਾ ਸੀਗਾ ਇਹਨਾਂ ਨੇ ਨਾਰਥ-ਵੈਸਟ ਇੰਡੀਆ ਦੇ ਉੱਪਰ ਆਪਣਾ ਕੰਟਰੋਲ ਕੀਤਾ ਹੋਇਆ ਸੀ ਸਾਕਾ ਰਾਜਾ ਜਿਹੜਾ ਕਿ ਮਾਊਸ ਸੀਗਾ ਉਹਨੇ ਗੰਧਾਰ ਵਿਖੇ ਆਪਣਾ ਰਾਜ ਵੀ ਸਥਾਪਿਤ ਕਰ ਲਿਆ ਸੀ ਉਸ ਦਾ ਕਿੰਗਡਮ ਉਸ ਦਾ ਰਾਜ ਅੱਗੇ ਬਹੁਤ ਸਾਰੀਆਂ ਪ੍ਰੋਵਿੰਸਸ ਦੇ ਵਿੱਚ ਡਿਵਾਈਡ ਸੀਗਾ ਤੇ ਹਰੇਕ ਪ੍ਰੋਵਿੰਸ ਨੂੰ ਇੱਕ ਨਾ ਇੱਕ ਗਵਰਨਰ ਚਲਾਉਂਦਾ ਸੀਗਾ ਇੱਕ ਨਾ ਇੱਕ ਗਵਰਨਰ ਆ ਜਿਹੜਾ ਉਹ ਨਿਯੁਕਤ ਕੀਤਾ ਹੋਇਆ ਸੀ ਠੀਕ ਹੈ ਇਸ ਤੋਂ ਬਾਅਦ ਜਿਹੜਾ ਗਵਰਨਰ ਸੀ ਉਹਨਾਂ ਦੀ ਭਾਸ਼ਾ ਚ ਉਹਨੂੰ ਸਤਰਾਪਸ ਕਿਹਾ ਜਾਂਦਾ ਸੀਗਾ ਐਸ ਏ ਟੀ ਆਰ ਏ ਪੀ ਐਸ ਉਸਨੂੰ ਸਤਰਾਪਸ ਕਿਹਾ ਜਾਂਦਾ ਸੀਗਾ ਤੇ ਸਭ ਤੋਂ ਮਸ਼ਹੂਰ ਅਗਰ ਆਪਾਂ ਸਾਕਾ ਰਾਜੇ ਦੀ ਗੱਲ ਕਰੀਏ ਉਹ ਸੀਗਾ ਰੁਦਰਾ ਦਮਨ ਉਹਨੇ ਕੀ ਕੀਤਾ ਸੀ ਪ੍ਰਕਿਰਤਿਕ ਭਾਸ਼ਾ ਦੀ ਥਾਂ ਸੰਸਕ੍ਰਿਤ ਭਾਸ਼ਾ ਦੇ ਵਿੱਚ ਆਪਣੀ ਇਨਸਕ੍ਰਿਪਸ਼ਨ ਨੂੰ ਅੰਕਿਤ ਕਰਵਾਇਆ ਸੀਗਾ ਕਹਿਣ ਦਾ ਮਤਲਬ ਹੁਣ ਤੱਕ ਜਿਹੜੇ ਜਿੰਨੇ ਵੀ ਰਾਜੇ ਮਹਾਰਾਜੇ ਆਏ ਨੇ ਉਹਨਾਂ ਨੇ ਖਰੋਸਟੀ ਲਿਪੀ ਜਾਂ ਫਿਰ ਜਿਹੜੀ ਮੌਕੇ ਦੀ ਆਸਾਨ ਭਾਸ਼ਾ ਹੈ ਪ੍ਰਕਿਰਤਿਕ ਭਾਸ਼ਾ ਪਾਲੀ ਭਾਸ਼ਾ ਉਹਨਾਂ ਦੇ ਵਿੱਚ ਵਰਤੋਂ ਕੀਤੀ ਸੀਗੀ ਬਟ ਇਹ ਉਹ ਰਾਜਾ ਸੀਗਾ ਰੁਦਰਦਮਨ ਉਹ ਰਾਜਾ ਸੀਗਾ ਜਿਨੇ ਆਪਣੇ ਸ਼ੀਲਾਲੇਖ ਆਪਣੀ ਇਨਸਕ੍ਰਿਪਸ਼ਨਸ ਨੂੰ ਸੰਸਕ੍ਰਿਤ ਭਾਸ਼ਾ ਦੀ ਵਰਤੋਂ ਕੀਤੀ ਸੀਗੀ ठीक है इस तो बाद अपना एक छोटा जि टॉपिक हो रहा पार्थियंस अपने पार्थियंस बारे कवर करना है ठीक है तो हम आपको पार्थियंस दी गल कर दे। साकास दे की गल करते हैं साकाज के इन्ना क ही इंपोर्टेंट अपने को ले। जो अस पार्थियंस की गल करते हैं तो पारथीयनस ओ जेडे इंडिया के पार्थियंस इंडिया के ईरान तो आए थे ईरान तो आए थे ठीक है दूसरा ਇਹਨਾਂ ਨੇ ਲਗਭਗ ਨਾਰਥ-ਵੈਸਟ ਕੰਪਲੀਟ ਪਾਰਟ ਦੇ ਉੱਪਰ ਰਾਜ ਕੀਤਾ ਸੀਗਾ ਤੇ ਰੂਲਡ ਓਵਰ ਅ ਪਾਰਟ ਆਫ ਨਾਰਥ-ਵੈਸਟ ਇੰਡੀਆ ਮਤਲਬ ਕਿ ਉਹ ਹੀ ਆਪਣੇ ਉਪਰੋਕਸ਼ਮੀਰ ਦਾ ਹਿੱਸਾ ਤੇ ਨੀਚੇ ਰਾਜਸਥਾਨ ਦਾ ਕਦਾਵਾਲੇ ਏਰੀਆ ਦੇ ਵਿੱਚ ਇਹਨਾਂ ਨੇ ਰਾਜ ਕੀਤਾ ਸੀਗਾ ਠੀਕ ਹੈ ਤੇ ਜਿਹੜਾ ਫੇਮਿਅਸ ਪਾਰਥੀਅਨ ਕਿੰਗ ਸੀਗਾ ਉਹਦਾ ਨਾਮ ਸੀਗਾ ਗੋਂਡੋ ਫਰਨਾਸ ਗੋਂਡੋ ਫਰਨਾਸ ਉਹਦਾ ਫੇਮਸ ਪਾਰਥੀਅਨ ਕਿੰਗ ਸੀਗਾ ਇਹ ਫੇਮਸ ਪਾਰਥੀਅਨ ਕਿੰਗ ਠੀਕ ਹੈ ਜੀ ਤੇ ਇਸ ਤੋਂ ਬਾਅਦ ਇਹ ਕਿਹਾ ਜਾਂਦਾ ਹੈ ਕਿ ਇੱਕ 크੍ਰਿਸਚੀਅਨ ਸੰਤ ਹੋਇਆ ਹੈ 크੍ਰਿਸਚੀਅਨ 크੍ਰਿਸਚੀਅਨ ਸੰਤ ਹੋਇਆ ਇੱਕ ਉਸ 크੍ਰਿਸਚੀਅਨ ਸੰਤ ਦਾ ਨਾਮ ਹੈਗਾ ਸੈਂਟ ਥੋਮਸ ਐਸ ਟੀ ਥੋਮਸ ਠੀਕ ਹੈ ਇਹਨੇ ਐਸਟੀ ਥੌਮਸ ਨੇ 크੍ਰਿਸਚੀਅਨ ਸੰਤ ਨੇ ਇਸ ਦੇ ਟਾਈਮ ਪੀਰੀਅਡ ਦੇ ਵਿੱਚ ਗੋਂਡੋਫਰਨਸ ਦੇ ਟਾਈਮ ਪੀਰੀਅਡ ਦੇ ਵਿੱਚ ਇੰਡੀਆ ਨੂੰ ਵਿਜ਼ਿਟ ਕੀਤਾ ਸੀਗਾ ਕਹਿਣ ਦਾ ਮਤਲਬ ਉਹ ਭਾਰਤ ਆਇਆ ਸੀਗਾ ਕਿਹਦੇ ਟਾਈਮ ਚ ਗੋਂਡੋਫਰਨਸ ਗੋਂਡੋਫਰਨਸ ਕੋਣ ਆ ਪਾਰਥੀਅਨ ਕਿੰਗਾ ਤੇ ਪਾਰਥੀਅਨ ਕਿੱਥੋਂ ਆਏ ਸੀਗੇ ਈਰਾਨ ਤੋਂ ਆਏ ਸੀਗੇ ਠੀਕ ਹੈ ਇਹਦੇ ਰਾਜ ਦੇ ਵਿੱਚ ਨੇ ਇੰਡੀਆ ਨੂੰ ਵਿਜ਼ਿਟ ਕੀਤਾ ਸੀਗਾ ਭਾਰਤ ਨੂੰ ਭਾਰਤ ਦੇ ਵਿੱਚ ਆਇਆ ਸੀਗਾ ਤੇ ਇੱਥੇ ਆ ਕੇ ਇਹਨੇ ਕ੍ਰਿਸਚੀਅਨਿਟੀ ਆਪਣੇ ਧਰਮ ਨੂੰ ਕਾਫੀ ਜ਼ਿਆਦਾ ਸਪਰੈਡ ਕੀਤਾ ਸੀਗਾ ਕਾਫੀ ਜ਼ਿਆਦਾ ਇਹਦੇ ਬਾਰੇ ਉਹਨੇ ਫੈਲਾਇਆ ਸੀਗਾ ਇਸ ਨੂੰ ਠੀਕ ਹੈ 파ਰਥੀਨ ਦਾ ਆਪਣਾ ਇੰਨਾ ਕੀ ਸੀਗਾ ਇਸ ਤੋਂ ਬਾਅਦ ਆਪਣੇ ਜੋ ਨੈਕਸਟ ਕਵਰ ਕਰਨਾ ਉਹ ਕਰਨਾ ਦਾ ਕੁਸ਼ਾਨਸ ਕੁਸ਼ਾਨਾਂ ਬਾਰੇ ਆਪਾਂ ਨੇ ਪੜ੍ਹਨਾ ਹੈ ਜਦੋਂ ਅਸੀਂ ਕੁਸ਼ਾਨਸ ਦੀ ਗੱਲ ਕਰਦੇ ਹਾਂ ਇਹ ਕਿਹਾ ਜਾਂਦਾ ਹੈ ਕਿ ਕੁਸ਼ਾਨ ਜਿਹੜੇ ਸੀਗੇ ਇਹ ਸਟਰੋਂਗ ਰੂਲਰ ਸੀਗੇ ਸਟਰੋਂਗ ਰੂਲਰ ਸੀਗੇ ਜਿਨ੍ਹਾਂ ਨੇ ਨਾਰਥ ਇੰਡੀਆ ਦੇ ਉੱਪਰ ਰਾਜ ਕੀਤਾ ਇਹ ਸਟਰੋਂਗ ਰੂਲਰ ਸੀਗੇ ਨਾਰਥ ਇੰਡੀਆ ਦੇ ਉੱਪਰ ਰਾਜ ਕਰਨ ਵਾਲੇ ਠੀਕ ਹੈ ਇਹਨਾਂ ਦਾ ਜਿੰਨਾ ਵੀ ਵਾਸਟ ਪੂਰਾ ਪੂਰਾ ਜਿੰਨਾ ਹੀ ਮਤਲਬ ਵੱਡਾ ਇਹਨਾਂ ਦਾ ਜਿਹੜਾ ਰਾਜ ਸੀਗਾ ਇਹਨਾਂ ਦਾ ਜਿਹੜਾ ਵਿਸਥਾਰ ਹੋਇਆ ਹੋਇਆ ਸੀਗਾ ਰਾਜ ਦਾ ਉਹਦੇ ਦੋ ਰਾਜਧਾਨੀਆਂ ਸੀਗੀਆਂ ਉਹਦੇ ਦੋ ਕੈਪੀਟਲਸ ਸੀਗੀਆਂ ਜਿਹਦੇ ਵਿੱਚੋਂ ਇੱਕ ਕੈਪੀਟਲ ਦਾ ਨਾਮ ਸੀਗਾ ਮਥੁਰਾ ਤੇ ਦੂਸਰੀ ਕੈਪੀਟਲ ਦਾ ਨਾਮ ਸੀਗਾ ਪੁਰਸ਼ਪੁਰਾ ਪੁਰਸ਼ ਪੁਰਸ਼ਾਪੁਰਾ ਪੁਰਸ਼ਾਪੁਰਾ ਜਿਹੜਾ ਕਿ ਅੱਜਕੱਲ ਪੇਸ਼ਾਵਰ ਦੇ ਨਾਮ ਨਾਲ ਫੇਮਸ ਆ ਪਾਕਿਸਤਾਨ ਦੇ ਵਿੱਚ ਪਾਕਿਸਤਾਨ ਦੇ ਵਿੱਚ ਪੇਸ਼ਾਵਰ ਦੇ ਨਾਮ ਦੇ ਨਾਲ ਇਹ ਫੇਮਸ ਆ ਇਹਨਾਂ ਦਾ ਜਿਹੜਾ ਕੁਸ਼ਾਨਾਂ ਦਾ ਪ੍ਰਸਿੱਧ ਰਾਜਾ ਸੀਗਾ ਫੇਮਸ ਫੇਮਸ ਰੂਲਰ ਆਫ ਕੁਸ਼ਾਨਸ ਫੇਮਸ ਰੂਲਰ ਆਫ ਕੁਸ਼ਾਨਸ ਉਹ ਕੌਣ ਸੀਗਾ ਉਹ ਸੀਗਾ ਕਨਿਸ਼ਕਾ ਕਨਿਸ਼ਕਾ ਕਾਫੀ ਫੇਮਸ ਹੋਇਆ ਹੈ ਜਿਹੜਾ ਕਿ ਬੁੱਧ ਧਰਮ ਨੂੰ ਮੰਨਦਾ ਸੀਗਾ ਬੁੱਧ ਧਰਮ ਨੂੰ ਧਰਮ ਨੂੰ ਫੋਲੋ ਕਰਦਾ ਸੀਗਾ ਇਹ ਠੀਕ ਹੈ ਬੁੱਧ ਧਰਮ ਨੂੰ ਫੋਲੋ ਕਰਦਾ ਸੀ ਤੇ ਇਸ ਤੋਂ ਬਾਅਦ ਇਹਨੇ ਚੌਥੀ ਬੁੱਧਿਸਟ ਕੌਂਸਲ ਆਰਗੇਨਾਈਜ਼ ਕਰਵਾਈ ਸੀਗੀ ਚੌਥੀ ਬੁੱਧਿਸਟ ਕੌਂਸਲ ਆਰਗੇਨਾਈਜ਼ ਕਰਵਾਈ ਸੀਗੀ ਇਹਨੇ ਜਿਹੜੀ ਕਿੱਥੇ ਹੋਈ ਸੀਗੀ ਕਸ਼ਮੀਰ ਦੇ ਵਿੱਚ ਹੋਈ ਸੀਗੀ ਚੌਥੀ ਬੁੱਧਿਸਟ ਕੌਂਸਲ ਕਨਿਸ਼ਕਾ ਨੇ ਆਰਗੇਨਾਈਜ਼ ਕਰਵਾਈ ਸੀਗੀ ਜਿਹੜੀ ਕਿ ਕਸ਼ਮੀਰ ਦੇ ਵਿੱਚ ਆਰਗੇਨਾਈਜ਼ਡ ਹੋਈ ਸੀਗੀ ਤੇ ਇਹਦੇ ਵਿੱਚ ਅਲੱਗ-ਅਲੱਗ ਜਿਹੜੇ ਇਸ਼ੂਸ ਸੀਗੇ ਉਹ ਡਿਸਕਸ ਕੀਤੇ ਗਏ ਸੀਗੇ ਕਨਿਸ਼ਕਾ ਅਸੀਂ ਜਾਣਦੇ ਹਾਂ ਕਿ ਕਨਿਸ਼ਕਾ ਕਾਫੀ ਸਾਰੀਆਂ ਕਲਚਰਲ ਐਕਟੀਵਿਟੀਆਂ ਦੇ ਵਿੱਚ ਇੰਟਰਸਟ ਰੱਖਦਾ ਹੁੰਦਾ ਸੀਗਾ ਕਲਚਰਲ ਐਕਟੀਵਿਟੀਆਂ ਦੇ ਵਿੱਚ ਇੰਟਰਸਟ ਰੱਖਦਾ ਸੀਗਾ ਇਸੇ ਕਰਕੇ ਇਹ ਅਕਸਰ ਹੀ ਫਾਈਨੈਂਸ਼ੀਅਲ ਹੈਲਪ ਵੀ ਕਰਦਾ ਰਹਿੰਦਾ ਸੀ ਫਾਈਨੈਂਸ਼ੀਅਲ ਹੈਲਪ ਵੀ ਕਰਦਾ ਸੀ ਮਤਲਬ ਕਿ ਪੈਸੇ ਦੇ ਤੌਰ ਤੇ ਵੀ ਇਹ ਹੈਲਪ ਵਗੈਰਾ ਕਰਦਾ ਰਹਿੰਦਾ ਸੀ ਕਿਤਾਬਾਂ ਦੇ ਵਿੱਚ ਜੋ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਹੈ ਕਿ ਇਸਨੇ ਅ ਜਿਹੜਾ ਆਪਣਾ ਐਨਕਰੇਜ ਕੀਤਾ ਹੈ ਸੰਸਕ੍ਰਿਤ ਲਿਟਰੇਚਰ ਨੂੰ ਸੰਸਕ੍ਰਿਤ ਲਿਟਰੇਚਰ ਨੂੰ ਕਾਫੀ ਹੁੰਘਾਰਾ ਭਰਿਆ ਇਹਨੇ ਕਾਫੀ ਜ਼ਿਆਦਾ ਮਤਲਬ ਫੇਮਸ ਕਰਵਾਇਆ ਸੰਸਕ੍ਰਿਤ ਲਿਟਰੇਚਰ ਨੂੰ ਇਸ ਤੋਂ ਇਲਾਵਾ ਇਹਨੇ ਗੰਧਾਰ ਸਕੂਲ ਆਫ ਆਰਟ ਨੂੰ ਫਾਈਨੈਂਸ਼ੀਅਲ ਹੈਲਪ ਵੀ ਕੀਤੀ ਆ ਗੰਧਾਰ ਸਕੂਲ ਆਪਾਂ ਪਹਿਲਾਂ ਵੀ ਡਿਸਕਸ ਕੀਤਾ ਹੈ ਨਾ ਗੰਧਾਰ ਸਕੂਲ ਆਫ ਆਰਟ गंदार स्कूल ऑफ आर्ट हेल्प न फाइनैशियल हैल्प भी की एक गाइज अपने ना अशव घोष फेमस संस्कृत होया हो अशव घोष ए इंपोर्टेंट आ ध्यान रखियो का अशव घोष फेमस संस्कृत स्कॉलर फेमस संस्कृत होया हो जिन्हें के बायोग्राफी ऑफ बुद्धा लिखी है इसने बायोग्राफी ऑफ बुद्धा लिखी है फेमस संस्कृत स्कॉलर अशव घोष जिसने के बायोग्राफी ऑफ बुद्धा लिखी है वह कनिष्का के दरबार में ही सी ਕਨਿਸ਼ਕਾ ਦੇ ਦਰਬਾਰ ਵਿੱਚ ਹੀ ਪਰ ਵਿੱਚ ਹੀ ਰਹਿੰਦਾ ਸੀ ਠੀਕ ਹੈ ਤੇ ਇਸ ਤੋਂ ਬਾਅਦ ਇੱਕ ਆਪਣੇ ਹੋਰ ਡਿਸਕਸ ਕਰਨਾ ਹੈ ਕੁਸ਼ਾਨ ਰੂਲਰਸ ਵਾਲੇ ਕਹਿੰਦੇ ਵੀ ਕੁਸ਼ਾਨ ਰੂਲਰ ਉਹ ਵਾਲੇ ਰੂਲਰ ਸੀਗੇ ਜਿਨ੍ਹਾਂ ਨੇ 골ਡ সিলవర్ ਤੇ ਕਾਪਰ ਗੋਲਡ ਸਿਲਵਰ ਕਾਪਰ ਦੇ ਜਿਹੜੇ ਕੋਇਨਸ ਸੀਗੇ ਉਹਨਾਂ ਨੂੰ ਫੇਮਸ ਕਰਵਾਇਆ ਸੀਗਾ ਆਪਣੇ ਇੰਡੀਅਨ ਸਬਕਾਂਟਿਨੈਂਟ ਦੇ ਵਿੱਚ ਇੰਡੀਆ ਦੇ ਵਿੱਚ ਇਸ ਤੋਂ ਕਹਿੰਦਾ ਮਤਲਬ ਇਹ ਪਹਿਲੇ ਸੀਗਾ ਇਸ ਤੋਂ ਪਹਿਲਾਂ ਕਿਸੇ ਨੇ ਨਹੀਂ ਇੰਟਰੋਡਿਊਸ ਕਰਵਾਇਆ ਸੀਗਾ ਸੋ ਇਹ ਸੀ ਕਿ ਆਪਣੇ ਚਾਰ ਰਾਜੇ ਜਿਦੇ ਵਿੱਚ ਆਪਣੇ ਪਾਰਥੀਅਨ ਡਿਸਕਸ ਕੀਤੇ ਆਪਾਂ ਨੇ ਕੁਸ਼ਾਨ ਡਿਸਕਸ ਕੀਤੇ ਆਪਾਂ ਨੇ ਇੰਡੋ ਗ੍ਰੀਕ ਜਾਂ ਫਿਰ ਬੈਕਟਰੀਅਨਸ ਡਿਸਕਸ ਕੀਤੇ ਆਪਾਂ ਨੇ ਸਾਕਾਸ ਡਿਸਕਸ ਕੀਤੇ ਠੀਕ ਹੈ ਇਸ ਤੋਂ ਬਾਅਦ ਆਪਾਂ ਨਾਰਥ ਇੰਡੀਆ ਆਪਣੇ ਕਵਰ ਕਰ ਲਿਆ ਆਪਾਂ ਸਾਊਥ ਇੰਡੀਆ ਦੀ ਗੱਲ ਕਰਾਂਗੇ ਸਾਊਥ ਇੰਡੀਆ ਬਾਰੇ ਆਪਾਂ ਨੈਕਸਟ ਜੋ ਆਪਣਾ ਲੈਕਚਰ ਆਏਗਾ ਉਹਦੇ ਵਿੱਚ ਆਪਾਂ ਉਹਨਾਂ ਦੀ ਡਿਸਕਸ਼ਨ ਕਰਾਂਗੇ ਠੀਕ ਹੈ ਗਾਇਸ